ਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਵੈਲਕਮ ਬੈਕ ਅਗੇਨ ਜੀ ਤੁਹਾਡੇ ਸਾਰਿਆਂ ਦੇ ਲਈ ਓ ਗੋਰੀਆਂ ਸਾਈਡ ਤੇ ਕਰਦੀ ਹੈ ਇੱਕ ਹੋਰ ਟਰੈਕਿੰਗ ਵਲੌਗ ਇਸ ਵੇਲੇ ਮੈਂ ਹੈਗਾ ਇੱਕ ਮਾਲ ਦੇ ਵਿੱਚ ਵੈਸੇ ਤਾਂ ਪਾਈਨ ਸੈਂਟਰ ਮਾਲ ਬ੍ਰਿਟਿਸ਼ ਕੋਲੰਬੀਆ ਪ੍ਰਿੰਸ ਜੋਰਜ ਵਿਖੇ ਤੁਰਾ ਫਿਰ ਰਿਹਾ ਪਰ ਇੱਥੇ ਮਾਲ ਮੈਂ ਘੁੰਮਣ ਨਹੀਂ ਆਇਆ ਇੱਥੇ ਲੋੜ ਲਾਉਣ ਆਇਆ ਸੀਗਾ ਇਸ ਮਾਲ ਦੀ ਅਜੇ ਹੋ ਰਹੀ ਹੈ ਡਿਵੈਲਪਮੈਂਟ ਮਤਲਬ ਕਿ ਅਜੇ ਬਣ ਰਿਹਾ ਇੱਥੇ ਕੁਛ ਨਾ ਕੁਛ ਅਬੇ ਖਾਲੀ ਆ ਨਾ ਇੱਧਰ ਖੱਬੇ ਬੰਨੇ ਬਣ ਲੱਗਾ ਇੱਕ ਸ਼ਾਪਰਸ ਉਹ ਸ਼ਾਪਰਸ ਦਾ ਕੰਸਟਰਕਸ਼ਨ ਦਾ ਸਮਾਨ ਜਿਹੜਾ ਉਹ ਡਿਲੀਵਰ ਕਰ ਡਰਾਈ ਵੈਨ ਦਾ ਲੋੜ ਲੈ ਕੇ ਆਇਆ ਸੀਗਾ ਇੱਥੇ ਹਾਈ ਹੈਲੋ Oh, thank you very much. Yeah, you didn't need to do this. No, no. You didn't need to get out and go. Yeah. If we know you guys were coming, this we is for sure. Your buddy. Thank you very much. ਇਹਨੇ ਗਿਫਟ ਕਿਉਂ ਦਿੱਤੇ ਜਾ ਰਹੇ ਨੇ ਸਾਨੂੰ ਅੱਜ ਇੱਥੇ ਆ ਟਰੱਕ ਲੱਗ ਲਾਇਆ ਗੱਲ ਇਦਾਂ ਹੋਈ ਅੱਜ ਕੀ ਜਿਹੜਾ ਲੋਡ ਲਵਾਇਆ ਸੀਗਾ ਉਹ ਆਪੇ ਲਵਾਇਆ ਆਪਾਂ ਕਿਉਂਕਿ ਇਹਨਾਂ ਦਾ ਜਿਹੜਾ ਬੰਦਾ ਜਿਹਨੇ ਲੋਡ ਲਾਉਣਾ ਸੀ ਉਹ ਸ਼ਾਇਦ ਆਇਆ ਨਹੀਂ ਹੈ ਕੀ ਚੱਕਰ ਹੋ ਗਿਆ ਸਾਨੂੰ ਕਾਹਲੀ ਸੀ ਆਪਾਂ ਕਿਹਾ ਚਲ ਆਪੇ ਜਾ ਕੇ ਲਾਉਣਾ ਆਪੇ ਨੇ ਸ਼ੇਰ ਬਣ ਕੇ ਸ਼ੇਰ ਇੱਥੇ ਰੱਖ ਸੋ ਆਪਾਂ ਦੋਵਾਂ ਰਲ ਕੇ ਤਾਂ ਆਪੇ ਲੋਡ ਚੱਕ ਤੇ ਫੱਟੇ ਉਹਦੇ ਕਰਕੇ ਉਹਦਾ ਥੈਂਕ ਯੂ ਕਰ ਰਹੇ ਸਾਡਾ ਹੈਗਾ ਆ ਤੁਹਾਡਾ ਪਾਈਨ ਸੈਂਟਰ ਮਾਲ ਇੱਥੇ ਮੈਂ ਡਰੋਨ ਉਡਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਹਿਲਾਂ ਪਰ ਉਹ ਵਾਲੀ ਆਪਣੀ ਕੋਸ਼ਿਸ਼ ਕਾਫੀ ਨਾਕਾਮ ਰਹੀ ਠੀਕ ਹੋਇਆ ਨਹੀਂ ਜਿੱਦਾਂ ਮੈਂ ਸੋਚਿਆ ਹੋ ਗਿਆ ਹੋਣਾ ਕਿਉਂਕਿ ਉਹਦੀ ਕਲੈਰਿਟੀ ਨਹੀਂ ਵਧੀਆ ਆਉਂਦੀ ਗਿੰਬਲ ਉਹਦੀ ਸੈੱਟ ਜੀ ਨਹੀਂ ਰਹਿੰਦੀ ਆ ਦੇਖ ਲਓ ਮੈਂ ਥੋੜ੍ਹੀ ਜਿਹੀ ਫੋਟੋ ਪਾ ਲਾ ਗਈ ਤੁਹਾਨੂੰ ਅੱਜ ਆਪਾਂ ਜਾ ਰਹੇ ਹਾਂ ਵੈਨਕੂਵਰ ਸਰੀ ਏਰੀਏ ਵੱਲ ਅਤੇ ਇੱਥੇ ਸਿਰਫ ਰਾਹ ਦੇ ਵਿੱਚ ਇੱਕ ਲੋਡ ਲਵਾਉਣਾ ਸੀਗਾ ਇਹ ਲਵਾ ਲਿਆ ਵਾ ਹੁਣ ਉੱਥੇ ਜਾ ਕੇ ਇੱਕ ਟ੍ਰੇਲਰ ਚੱਕਣਾ ਆ ਫਲੈਟ ਬੈਡ ਟ੍ਰੇਲਰ ਨੈਪਕਿਨ ਫੜਿਆ ਹੱਥ ਜਾਊਗਾ ਪਾਣੀ ਕੋਲ ਫਲੈਟ ਬੈਡ ਟ੍ਰੇਲਰ ਚੱਕਣਾ ਜਾ ਕੇ ਉੱਥੋਂ ਵੈਨਕੂਵਰ ਵੱਲੋਂ ਅਤੇ ਉੱਥੇ ਆ ਵਾਲਾ ਡਰਾਈ ਵੈਨ ਹੈ ਇਹ ਡਰੋਪ ਕਰਕੇ ਅਤੇ ਆ ਜਾਣਾ ਆ ਸੋ ਆਪਣਾ ਕੰਮ ਮਕਸਦ ਮੇਨ ਇਹੋ ਹੀ ਸੀਗਾ ਇਸ ਟ੍ਰਿਪ ਦਾ ਕਿ ਇੱਕ ਟ੍ਰੇਲਰ ਲੈ ਕੇ ਆਉਣਾ ਵਾ ਨਵਾਂ ਜੋ ਆਪਣੀ ਕੰਪਨੀ ਦੇ ਲਈ ਸਰ ਕਿੱਥੇ ਰਹਿ ਗਏ ਹੋ ਸਾਈਨ ਹੁਣ ਕਰਾ ਗਿਆ ਦੇ ਤੇ ਆ ਲਓ ਆ ਕਹਿੰਦੀ ਆ ਲਓ ਚਾਹ ਪੀ ਲਿਓ ਹੈਂ ਕੀ ਕਰਨ ਦੇ ਕੀ ਕਰੋਗੇ ਇਸ ਸਫ਼ਰ ਦੇ ਵਿੱਚ ਸਾਡਾ ਸਾਥ ਦੇਣਗੇ ਸਬਾਜ ਸੰਧੂ ਭਾਈ ਔਰ ਜਿਹੜੇ ਕੁਛ ਆ ਰਹੇ ਭਾਈ ਤਿਆਰ ਹੋ ਵੈਨਕੂਵਰ ਜਾਣ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੈਗੀ ਆਪਣੇ ਕੋਲ ਡਰਾਈ ਵੈਨ ਅੱਜ ਪਰ ਸਮਾਨ ਆਪਣਾ ਫਿਰ ਫਲੈਟ ਬੈੱਡ ਵਾਲੀ ਹੈ ਟਾਰਪਾਂ ਪਈਆਂ ਨੇ ਚੱਲੀਏ ਸਰ ਚਲੋ ਪਾਓਗੇ ਫਿਰ ਕਿ ਮੈਂ ਪਾਵਾਂ ਇਹਨੂੰ ਅੱਗੇ ਕਰ ਲਓ ਸਮਾਨ ਰੱਖਣਾ ਸ਼ੁਰੂ ਕਰੀਏ ਇਹ ਜਾਣਦੇ ਬਸ ਠੀਕ ਹੈ ਇੱਥੇ ਰੋਕੇ ਅੱਛਾ ਜਿਹੜਾ ਸਾਰਾ ਸਮਾਨ ਸੀਗਾ ਇਹ ਲੋਡ ਦੇ ਪਿੱਛੇ ਰੱਖਿਆ ਸੀ ਲੋਡ ਹੋਣ ਤੋਂ ਪਹਿਲਾਂ ਕਿਉਂਕਿ ਫਲੈਟ ਪੈਡ ਦਾ ਸਮਾਨ ਹੈ ਨਾ ਤਾਂ ਕਰਕੇ ਉੱਧਰ ਸ਼ਿਫਟ ਕਰ ਰਹੇ ਜਾ ਚੱਕ ਲਓ ਫਰਾਈਆਂ ਲਿਆਓ ਓ ਹੋ ਹੋ ਵਾਹ ਵਾਹ ਰੈਡ ਬੁਲ ਰੱਖਣਾ ਵਿੱਚ ਨਹੀਂ ਫਰਿੱਜ 'ਚ ਕਿਉਂ ਰੱਖਣੀ ਆ ਹੈ ਫਰਿੱਜ 'ਚ ਕਿਉਂ ਰੱਖਣੀ ਆ ਤਾਂ ਠੰਡੀ ਆ ਠੰਡੀ ਆ ਪਹਿਲਾਂ ਹੀ ਤੇ ਤੁਸੀਂ ਕਿਹਨਾਂ ਚਲਾਉਂਦੇ ਹੋ ਹੁਣੇ ਹੱਥੋਂ ਸੀ ਗਿਆ ਹੱਥੋਂ ਦੀ ਗੈਸ਼ ਵਿਲੀਅਮਸ ਲੇਕ ਪਹੁੰਚ ਗਏ ਇੱਥੋਂ ਡੀਜ਼ਲ ਪਾਉਣ ਲੱਗੇ ਵਲੌਗ ਉਹ ਸੈੱਟ ਕਰ ਦੇਣੀ ਆਪਾਂ ਔਨ ਡਿਊਟੀ ਚੇਂਜ ਕਰਨ ਡਿਊਟੀ ਜਾ ਕਰ ਲਓ ਸਿਲੈਕਟ ਇੱਥੇ ਪਾ ਦਿਓ ਫਿਊਲ ਫੋਟੋ ਬਹੁਤ ਸੋਹਣੀ ਹੁੰਦੀ ਬਣਿਆ ਫੋਟੋ ਨਹੀਂ ਮਾਲਣੀ ਮੁੜਨੀ ਕਰਨੀ ਸੀ ਇੱਥੇ ਕੀ ਕਰਨਾ ਇਸ ਤੋਂ ਬਾਅਦ ਉਹ ਕਰਨੀ ਬਸ ਬਸ ਠੀਕ ਹੈ ਬਹੁਤ ਵਧੀਆ ਉਸਤਾਦ ਬਹੁਤ ਵਧੀਆ ਜਿੰਨੇ ਜਿੰਨੇ ਡੁੱਲੇ ਉਹਨੇ ਕਰਦਾ ਹੁੰਦਾ ਉਹਨੂੰ ਵਾਪਸ ਕਰ ਲਈ ਧਰਤਾ ਉੱਥੇ ਦੂਜਾ ਨਹੀਂ ਭਰਦਾ ਇਹਨੂੰ ਇਹ ਦੂਜੀ ਤਾਰ ਨਹੀਂ ਜਾ ਰਹੀ ਉਧਰ ਨੂੰ ਬਣੀ ਗੱਲ
17 ਲੀਟਰ ਹੀ ਪਿਆ ਤੇ ਘੱਟ ਪਾਣੀ ਦਾ 20 ਪੈਣਾ ਲੀਟਰ ਪੈਣ ਨਹੀਂ ਡਿਆ ਹੁਣ ਰਹਿਣ ਤੋਂ ਧੱਕਾ ਗੱਲ ਹੀ ਕਰਨਾ ਚੱਲਦਾ ਆਣੀ ਬਸ ਠੀਕ ਹੈ ਓਕੇ ਰਾ ਬਸ ਠੀਕ ਹੈ ਛੱਡ ਦੋ ਇਹ ਪਤਾ ਕਿੱਦਾਂ ਖੁੱਲਦਾ ਹੈ ਜਦੋਂ ਆਪਾਂ ਫਿਊਲ ਨਹੀਂ ਪਾਈਦਾ ਉੱਥੇ ਨੰਬਰ ਬੰਦ ਪੰਪ ਨੰਬਰ ਇਦਾਂ ਹੁੰਦਾ ਅੰਡਰ ਪੰਪ ਨੰਬਰ 8 ਪੰਪ ਨੰਬਰ 8 ਐਡ ਕਰਕੇ ਇਹਨੂੰ ਬਟਨ ਦਬਾ ਦੇ ਐਂਟਰ ਪੰਪ ਨੰਬਰ 8 ਪੰਪ ਨੰਬਰ 8 ਇੱਥੇ ਪਾ ਦੋ ਹਾਂ ਭੱਜ ਕੇ ਡੋਰ ਫੜ ਲਓ ਉੱਥਾ ਭੱਜ ਇੱਥੇ ਪਹਿਲਾਂ ਕੀ ਬੰਦ ਹੋ ਜੇ ਭੱਜ 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 ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਬੰਦ ਹੋਣਾ ਭੱਜਣ ਦੀ ਲੋੜ ਕੋਈ ਮੈਂ ਭਜਾਈਏ ਬੰਦੇ ਨੂੰ ਹਾਂ ਇੱਥੇ ਰੱਖ ਔਰ ਡੱਬੀ ਭਰ ਲਓ ਖਾ ਤਾਂ ਨਹੀਂ ਹੋ ਗਿਆ ਇੱਕ ਵਾਰ ਦੇਖ ਲਈ ਹਾਂ ਸਾਡਾ ਚੱਲ ਗਿਆ ਆਉਣ ਕੇ ਠੀਕ ਹੈ ਨਹੀਂ ਤਾਂ ਤੁਹਾਨੂੰ ਦਿਨ ਹੋਣ ਸਾਡਾ ਚੱਲ ਗਿਆ ਠੀਕ ਆ ਇਹ ਠੰਡੀ ਖਾਣੀ ਪੈਣੀ ਅੱਜ ਠੰਡੀ ਪੈਣੀ ਅਤੇ ਫਿਰ ਆਹ ਕਿਉਂ ਬਣਿਆ ਇੱਦਾਂ ਇਹਦੇ ਉੱਪਰ ਰੱਖਣਾ ਵਾ ਆਹ ਖੁੱਲਦੀ ਕਿਉਂ ਆ ਫਿਰ ਅੱਛਾ ਠੀਕ ਹੈ ਠੀਕ ਹੈ ਇਹ ਟ੍ਰੀ ਅੱਛਾ ਨਹੀਂ ਆਖਾਂ ਲੌਗ ਨਹੀਂ ਹੁੰਦੀ ਭਾਈ ਤੁਹਾਨੂੰ ਆਹ ਸਟੀਲ ਦਾ ਚੁੱਕ ਜਾਂਦਾ ਮਾਈਕ੍ਰੋਵੇਵ ਥੋੜ੍ਹੀ ਰੱਖੀ ਦਾ ਸਾਰਾ ਕੁਝ ਚੱਲਦਾ ਮਾਈਕ੍ਰੋਵੇਵ ਨਹੀਂ ਸਟੀਲ ਨਹੀਂ ਚੱਲਦਾ ਕੀ ਰੱਖਦਾ ਸਟੀਲ ਕਿੱਦਾਂ ਸਟੀਲ ਦੇ ਲੋਹੇ ਦੀ ਕੋਈ ਨਹੀਂ ਚੱਲਦਾ ਆਪਾਂ ਦੋਵੇਂ ਜੁੜ ਗਏ ਇੰਟਰਵਿਊ ਲੈਣ ਲੱਗੇ ਇੱਕ ਦੂਜੇ ਭਾਈ ਜਦੋਂ ਗਰਮ ਇੱਥੇ ਲੈ ਕੇ ਧਰ ਦਿਓ ਯਾਰ ਇੱਡੀ ਜਲਦੀ ਕਿੱਦਾਂ ਪਾਣੀ ਹੈ ਉਰੇ ਚਾਹ ਨੂੰ ਪੀਣੀ ਸੋ ਇੱਥੇ ਪ੍ਰੋਟੈਸਟ ਚੱਲ ਰਹੀ ਕਿਸੇ ਚੀਜ਼ ਦੀ ਅਬੋਰਸ਼ਨ ਹਰਟਸ ਵੁਮੈਨ ਅੱਛਾ ਅਬੋਰਸ਼ਨ ਦੇ ਅਗੇਂਸਟ ਪ੍ਰੋਟੈਸਟ ਚੱਲ ਪ੍ਰੇ ਟੂ ਐਂਡ ਅਬੋਰਸ਼ਨ ਇਹ ਲਾਅ ਬਣਾ ਦਿਓ ਕਿ ਅਬੋਰਸ਼ਨ ਜਿਹੜੀ ਆ ਇਲੀਗਲ ਕੀਤੀ ਜਾਵੇ ਕੀ ਕਹਿਣਾ ਤੁਹਾਡਾ ਇਸ ਟੋਪਿਕ 'ਤੇ ਵਧੀਆ ਚੀਜ਼ ਆ ਬੰਦ ਹੋਣੀ ਚਾਹੀਦੀ ਆ ਅਬੋਰਸ਼ਨ ਬੰਦ ਹੋਣੀ ਚਾਹੀਦੀ ਆ ਸਿਰਫ ਪੀਸੀ 'ਚ ਆ ਹੋਰ ਕਿਸੇ ਸਟੇਟ ਨਹੀਂ ਅਲੀਗਲ ਬਾਕੀ ਲੀਗਲ ਹੈ ਕੱਲੇ ਲੀਗਲ ਪੀਸੀ 'ਚ ਹੋਰ ਬਾਕੀ ਸਭ ਨੇ ਇਲੀਗਲ ਹੈ ਬਾਕੀ ਲੀਗਲ ਕਿਤੇ ਨਹੀਂ ਕਰਾ ਸਕਦੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਉਸਤਾਦ ਜੀ ਬ੍ਰੇਕ ਲੈ ਲਈ ਕਿਤੇ ਅੱਗੇ ਲੈਣੇ ਆ ਕੈਸ਼ ਕ੍ਰੀਕ ਕੈਸ਼ ਕ੍ਰੀਕ ਕਿੰਨੀ ਕੁ ਦੂਰ ਆ 30 ਕਿਲੋਮੀਟਰ 30 ਕਿਲੋਮੀਟਰ ਵਿਊ ਬਹੁਤ ਸੋਹਣਾ ਵੈਸੇ ਕਿੱਥੇ ਲਿਆ ਕੇ ਲਾਤਾ ਜੀ ਟਰੱਕ ਆਪੇ ਕਹਿੰਦਾ ਖਾਣਾ ਕੋਈ ਜਗ੍ਹਾ ਕਿਹੜੀ ਆ ਪੁੱਛਿਆ ਕੈਸ਼ ਕ੍ਰੀਕ ਕੈਸ਼ ਕ੍ਰੀਕ ਠੀਕ ਹੈ ਓ ਐਂਡ ਡਬਲਯੂ ਇੱਥੇ ਬ੍ਰੇਕ ਲੈ ਰਹੇ ਨਹੀਂ ਗਾਰਬੇਜ ਪੁੱਛ ਕੇ ਸੁੱਟਣਾ ਮੈਨੂੰ ਤੇਰਾ ਸੰਤਰਾ ਪਿਆ ਪਤਲੇ ਪਾਸੇ ਬੱਤਰ ਕਹਿੰਦੇ ਧੌਣ ਮੁੱਕ ਯਾਰ ਪਾ ਲਈਏ ਖਿੱਚ ਕਹਿੰਦੇ ਕਹਿੰਦੇ ਸਪਾਈਸੀ ਮੀਲ ਸਾਈਡ ਸਪਾਈਸੀ ਮੀਲ ਕਿੱਥੇ ਆਨਲਾਈਨ ਆ ਕਿ ਈਮੇਲ ਆਉਂਦੀ ਆ ਇੱਕ ਇੱਕ ਫਿਰ ਲੈ ਸਕਦੇ ਆਪਾਂ ਅੱਛਾ ਚਲੋ ਵਧੀਆ ਉਸਤਾਦ ਜੀ ਨੇ ਕੂਪਨ ਹੀ ਕੂਪਨ ਇਕੱਠੇ ਕੀਤੇ ਪਏ ਏ ਐਂਡ ਡਬਲਯੂ ਲੁੱਟ ਲਿਆ ਅੱਜ ਆਪਾਂ ਭਾਈ ਇੱਧਰ ਨੂੰ ਵੇਖਿਓ ਮਾੜਾ ਜਿੱਦਾਂ ਬੋਰਾ ਭਰਨ ਦਾ ਕੈਸ਼ ਦਾ ਇੱਦਾਂ ਫੜਿਆ ਉਹਨੂੰ ਜੱਫੀ ਪਈ ਬੁਲਾ ਲਈ ਉੱਥੇ ਖਲੋਤਾ ਹੀ
ਇਹਦੇ ਨਾਲ ਸ਼ਾਇਦ ਧੋਣ ਦੀ ਪੀੜ ਦੀ ਕਮੀ ਫੀਲ ਹੋਵੇ ਇੱਥੇ ਬਹਿ ਗਿਆ ਨਾ ਖਾ ਲਈਏ ਇੱਥੇ ਆਹ ਵਾਲੀ ਜਗ੍ਹਾ ਨਹੀਂ ਨਹੀਂ ਗੱਡੀ ਕਿ ਇੱਕ ਮੁੜੀ ਨਾ ਚੜ੍ਹਦੇ ਨਹੀਂ ਕਹਿੰਦੇ ਉਹ ਕਿੱਦਾਂ ਚੜ੍ਹਦੀ ਹੇਠਾਂ ਨੂੰ ਕਰਕੇ ਬਹਿਣਾ ਆਪਾਂ ਆਹੋ ਟੇਬਲ ਤੇ ਚੱਲਦੇ ਹਾਂ ਨਾਲੇ ਵਿਊ ਵਿਊ ਅਬਜ਼ਰਵ ਕਰਦੇ ਹਾਂ ਸੀਨਰੀ ਮੀਂਹ ਪਿਆ ਲੱਗਦਾ ਗੱਲਾਂ ਕਿਵੇਂ ਆ ਉਹਨੇ ਕੁਛ ਦਿੱਤੀ ਆ ਕੋਈ ਗੱਲ ਨਹੀਂ ਜਿਹੜਾ ਚੱਕਣਾ ਆ ਆਪਾਂ ਟ੍ਰੇਲਰ ਉਹ ਚੱਕਣਾ ਆ ਸਵੇਰੇ ਸਵੇਰੇ 7-8 ਵਜੇ ਤੱਕ ਖੋਲ੍ਹਣਗੇ ਉਹ ਚੱਕਾਂਗੇ ਰਾਤ ਕਰਾਂਗੇ ਰੈਸਟ ਮੈਂ ਧੋਣ ਆਕੜਦੀ ਮੇਰੀ ਭਟੂਰੇ ਖਾ ਕੇ ਤੁਰਨਾ ਕਿੱਥੋਂ ਜੱਗਾ ਸਵੀਟਸ ਤੋਂ ਕਿੰਨਾ ਟਾਈਮ ਰਹੇ ਤੁਸੀਂ ਇੱਥੇ ਵੈਨਕੂਵਰ ਰਿਹਾ ਤਾਂ ਮੈਂ ਵੀ ਥੋੜ੍ਹਾ ਟਾਈਮ ਵੈਨਕੂਵਰ ਪਰ ਉਦੋਂ ਇੰਨੀ ਪਹੁੰਚ ਨਹੀਂ ਹੁੰਦੀ ਕਿ ਬਾਹਰੋਂ ਕਿਤੋਂ ਖਾ ਲਈਏ ਲਓ ਜੀ ਗੁੱਡ ਮਾਰਨਿੰਗ ਸਵੇਰ ਦੇ 9 ਵਜ ਰਹੇ ਨੇ ਹੁਣ ਇਹਨੇ ਉੱਠ ਕੇ ਤੁਰ ਰਹੇ ਹਾਂ ਰਾਤੀ ਪਹੁੰਚ ਗਏ ਸੀਗੇ 9-10 ਵਜੇ ਕਿਵੇਂ ਪਹੁੰਚੇ ਆਪਾਂ ਰਾਤੀ ਇੱਥੇ ਹਾਂ ਆਪਾਂ ਪਹੁੰਚੇ 10 ਵਜੇ ਪਹੁੰਚ ਗਏ ਜਾ ਕੇ ਟ੍ਰੇਲਰ ਲੱਗੇ ਹਾਂ ਸਵਿੱਚ ਕਰਨ ਆਹ ਪੈਟਰੋਲ ਪਾਸ 'ਤੇ ਪਏ ਰਾਤੀ ਫਿਊਲ ਤਾਂ ਨਹੀਂ ਚਾਹੀਦਾ ਆਪਾਂ ਨੂੰ ਅੱਛਾ ਬਾਜ ਭਾਈ ਗੁੱਡ ਮਾਰਨਿੰਗ ਕਹਿੰਦੇ ਰਾਤ ਦੀ ਹਲਾਤ ਦੀ ਵੀਡੀਓ ਪਾਵਾਂਗੇ ਵਿੱਚ ਆਪਾਂ ਕੀ ਹੋ ਗਿਆ ਰਾਤੀ ਸਰ ਜਜ਼ਬਾਤੀ ਜਜ਼ਬਾਤੀ ਹੋ ਗਏ ਤੈਨੂੰ ਤਾਂ ਪਤਾ ਉੱਦਾਂ ਓਏ ਸਾਈਨ ਵਲੌਗ ਤੇ ਪਾਈਂ ਚੱਲ ਬਾਬੇ ਗੱਲਾਂ ਕਰੀ ਫੁਰਕ ਚਾਹੀਏ ਗੱਲਾਂ ਕਰੋ ਬਾਬੇ ਇਹ ਗੱਲ ਸਰ ਬਾਬੇ ਓਏ ਓਏ ਤੁਸੀਂ ਗੱਲ ਕਿੰਦੀ ਯਾਰ ਮੁੰਡੇ ਦੱਸਾਂ ਗੱਲ ਕਿੰਦੀ ਜੋ ਮਰਜ਼ੀ ਕਰਾਂ ਤੁਸੀਂ ਤੇ ਪੈਸਾ ਕੌਣ ਹੈ ਬਾਬੇ ਓਏ ਤਾਂ ਮਰਜ਼ੀ ਕਰ ਲੋ ਪੈਸਾ ਕਮਾਣੇਗਾ ਦੁਨੀਆ ਕੋਈ ਹੋਏਗਾ ਬੰਦਾ ਰੋਬੋਟ ਆ ਤੇ ਇਹਨੇ ਇੱਦਾਂ ਹੀ ਤੁਰ ਪੈਣਾ ਤੇ ਇੱਦਾਂ ਹੀ ਕੰਮ ਹੋ ਜਾਣਾ ਹਲੇ ਬਹੁਤ ਵੱਡੀ ਦੁਰਘਟਨਾ ਘਟਣੀ ਸੀ ਜੋ ਕਿ ਆਪਾਂ ਵੇਖ ਲਿਆ ਇੱਕਦਮ ਸਾਰਿਆਂ ਨੇ ਵੇਖਿਆ ਇਕੱਠੇ ਆਪਾਂ ਸਾਰਿਆਂ ਨੇ ਵੇਖਿਆ ਉਹ ਛੋਟਾ ਗੋਰਾ ਜਿਹੜਾ ਸਾਡਾ ਇੰਤਜ਼ਾਰ ਕਰ ਰਿਹਾ ਜਿਹੜੇ ਉਹ ਤੁਸੀਂ ਟ੍ਰੇਲਰ ਸਮੇਂ ਗੋਰਾ ਹੱਥ ਵੇਖਦਾ ਮਾਦਰ ਬੜੀ ਤਕੜੀ ਬੈਗ ਲਾਉਂਦੇ ਆਪਾਂ ਇਹ ਏਡੀ ਗੱਲ ਨਹੀਂ ਹੈਗੀ ਆਪਾਂ ਲਾਉਣਾ ਸੈਂਟਰ 'ਤੇ ਲੈਣਾ ਲੋ ਨਹੀਂ ਤਾਂ ਵਾਸ ਜਾਊਗਾ ਪਾ ਗੰਜਾ ਜਿਹੜਾ ਜਿਹੜਾ ਸਵੇਰ ਦੀ 8 ਵਜੇ ਦਾ ਬੈਠਾ ਵੇਟ ਕਰਦੇ ਆ ਫੋਨ 'ਤੇ ਫੋਨ ਕਰੀ ਜਾਂਦਾ ਹੈ ਆਪਾਂ ਟ੍ਰੇਲਰ ਲੈਣਾ ਆ ਵਾਲਾ ਇਹ ਸਾਡਾ ਨਵਾਂ ਟ੍ਰੇਲਰ ਆ ਵਾਲਾ ਸੈਂਟਰ ਵਾਲਾ ਇਹਨੂੰ ਕਹਿੰਦੇ ਮੈਕਸੀ ਕੀ ਕਹਿੰਦੇ ਪ੍ਰਭ ਸਿੰਘ ਫਲੈਟ ਬੈਡ ਮੈਕਸੀ ਟ੍ਰੇਲਰ ਤਿੰਨ ਐਕਸ ਹੁੰਦੇ ਆ ਪੱਕੇ ਇੱਕ ਹੁੰਦਾ ਚੌਥਾ ਐਕਸ ਜਿਹੜਾ ਚੁੱਕਿਆ ਜਾਂਦਾ
ਉਹ ਵਾਲਾ ਜਿਹੜੇ ਦੇਖ ਰਹੇ ਹੋ ਸੈਂਟਰ ਵਾਲਾ ਲੱਗ ਰਹੀ ਹੈ ਬਹੁਤ ਹੀ ਤਗੜੀ ਬੈਗ ਰਸਿੰਗ ਸੱਚ ਆਪਾਂ ਸਮਾਨ ਲਾਉਣਾ ਸੀ ਕਿਹੜਾ ਸਮਾਨ ਪਿੱਛੇ ਲਾ ਲਈਏ ਆਪਣਾ ਟਾਰਪ ਬੈਲਟ ਕਿਸੇ ਕੋਲ ਜਾਓ ਤੁਸੀਂ ਡੋਰ ਬਾਚ ਉਹ ਸਾਨੂੰ ਲਈ ਆਹ ਗੁਰਾਪਾ ਇੰਸਪੈਕਸ਼ਨ ਕਰਦਾ ਟ੍ਰੇਲਰ ਦੀ ਗੁੱਡ ਮਾਰਨਿੰਗ ਗੁੱਡ ਹਾਊ ਆਰ ਯੂ ਅਨਦਰ ਡੇ ਮੈਨ ਗੁੱਡ ਪੁੱਲ ਮਾਈ ਸ਼ਿਟ ਆਊਟ ਆਫ ਹੇਅਰ ਯਾ ਇਟਸ ਦੈਟ ਫਲੈਟ ਨੈਕ ਰਾਈਟ ਥੇਅਰ ਦ ਵਨ ਔਨ ਦ ਰਾਈਟ ਆਫ ਦ ਗਾਰਡਨ ਸਟੈਂਡ ਓਕੇ ਲਵ ਮੀ ਵਨ ਦੇ ਸਕਦੇ ਹੋ ਆ ਸਮਾਨ ਆਪਣੇ ਨਵੇਂ ਟ੍ਰੇਲਰ ਤੱਕ ਤਾਂ ਟ੍ਰੇਲਰ ਲਾ ਰਹੇ ਹਾਂ ਬੈਕ ਡਰਾਈ ਗੈਂਗ ਆ ਡਰਾਈ ਵੈਨ ਦਾ ਕੰਮ ਆਪਣਾ ਖਤਮ ਹੈ ਹੁਣ ਕਰੀ ਆਪਣੀ ਮੈਕਸੀ ਬ੍ਰਾਂਡ ਦੀ ਉਹ ਟ੍ਰੇਲਰ ਹੋਕੇ ਨਾਲ ਦਿਖਾਉਂਦੇ ਹਾਂ ਕਿਵੇਂ ਦਾ ਆ ਰਿਹਾ ਜੀ ਆਪਣਾ ਮੈਕਸੀ ਟ੍ਰੇਲਰ ਬ੍ਰਾਂਡ ਨਿਊ ਅਲੂਮੀਨੀਅਮ ਫਰੇਮ ਲਾਈਟ ਵੇਟ ਲਿਸ਼ਕਦਾ ਹੋਇਆ ਇੱਥੇ ਰੱਖ ਹੈਗੀ ਕਿ ਨਹੀਂ ਗੱਲਬਾਤ ਪੂਰੀ ਤਿੰਨ ਐਕਸਲ ਤਾਂ ਆਈ ਪੱਕੇ ਚੌਥਾ ਐਕਸਲ ਬਣਿਆ ਹੁੰਦਾ ਨਾਲ ਜਿਹੜਾ ਚੁੱਕਿਆ ਜਾਂਦਾ ਭਾਰ ਹੋਰ ਵੰਡਣ ਨੂੰ ਆਉਣ ਦੋ ਉਸਤਾਦ ਜੀ ਆਉਣ ਦੋ ਟ੍ਰੇਲਰ ਦੇ ਪਿੱਛੇ ਲਾਉਣੀ ਇੱਕ ਪਲੇਟ ਪਰ ਪਲੇਟ ਲਾਉਣ ਦੀ ਜਗ੍ਹਾ ਦੇਖ ਨਹੀਂ ਰਹੀ ਕਿਤੇ ਇੱਥੇ ਹੋਣੀਆਂ ਚਾਹੀਦੀਆਂ ਦੋ ਅੱਛਾ ਰਹੀਆਂ ਆਹ ਹੈਗੀਆਂ ਦੋ ਮੋਰੀਆਂ ਸਕਰੂ ਡਰਾਈਵਰ ਚਾਹੀਦਾ ਉਹਦੇ ਕੰਮ ਆਪਣਾ ਸੈੱਟ ਆ ਉਸਤਾਦ ਨਹੀਂ ਜਾਣਾ ਰੋਡ 'ਤੇ ਜਾਣਾ ਹੀ ਨਹੀਂ ਆਪਾਂ ਆਦੇ ਆ ਇੱਥੋਂ ਇੱਥੋਂ ਨਿਕਲ ਕੇ ਇੱਥੋਂ ਇੱਥੇ ਆ ਜਾਣਾ ਸ਼ੋਅ ਆ ਹੈ ਉੱਧਰ ਆ ਇਹਦੇ ਪਿੱਛੇ ਇਹਦੇ ਪਿੱਛੇ ਥੋੜ੍ਹੀ ਜਿਹੀ ਉੱਧਰ ਸਾਈਡ ਪਹਿਲਾਂ ਲੋਡ ਚੱਕਣ ਨੇੜੇ ਜਾਣਾ ਬਿਲਕੁਲ ਸਾਹਮਣੇ ਜਿੱਦਾਂ ਇੱਥੋਂ ਟ੍ਰੇਲਰ ਚੱਕਣ ਲੱਗੇ ਔੜੀ ਬਿਲਡਿੰਗ ਆ ਉਹ ਬਿਲਡਿੰਗ ਦੀ ਪਿਛਲੀ ਸਾਈਡ ਜਿਹੜੀ ਬਿਲਡਿੰਗ ਆ ਉੱਥੋਂ ਲੋਡ ਚੱਕ ਲੈਣਾ ਕੀ ਕਹਿੰਦੇ ਆ ਕਨਵੀਨੀਅੰਟ ਕਨਵੀਨੀਅੰਟ ਲੋਡ ਯਾਰ ਪਾਣੀ ਠੰਡਾ ਹੋ ਗਿਆ ਨਹੀਂ ਨਾ ਹਾਲੇ ਡਰ ਅਸਰ ਨਹੀਂ ਕਰਨੀ ਠੀਕ ਆ ਪਤਾ ਨਹੀਂ ਖਾ ਕੇ ਫਿਰ ਤਾਂ ਇਹਨੇ ਕਹਿੰਦਾ ਖਾ ਖੋ ਅਤੇ ਖਾਵਾਂਗੇ ਇੱਕ ਦਿਨ ਅੰਤਕਾਲ ਆਉਣਾ ਅੰਤਕਾਲ ਆਉਣਾ ਅੰਤਕਾਲ ਲਓ ਜੀ ਪਹਿਲੀ ਪਿਕਅਪ ਹੈਗੀ ਇੱਥੋਂ ਚਾਰਜਰ ਇੰਜੀਨੀਅਰਿੰਗ ਵਾਲਿਆਂ ਤੋਂ ਆਹ ਵੇਅਰ ਹਾਊਸ ਇਹਨਾਂ ਦਾ ਮੈਨੂੰ ਲੱਗਦਾ ਆਹੋ ਹੀ ਪੈਰਟ ਹੋਣਾ ਜਿੱਥੇ ਮੈਨੂੰ ਲੱਗਦਾ ਕਿਉਂਕਿ ਲੋਡ ਛੋਟਾ ਹੀ ਹੈ ਛੋਟਾ ਹੈ ਪਿਕਅਪ ਆਹ ਬੀਮਾ ਨਹੀਂ ਕਰਦੀਆਂ ਅਤੇ ਲੋਡ ਪਿੱਛੇ ਟ੍ਰੇਲਰਾਂ ਤੋਂ ਇਹਨਾਂ ਨੂੰ ਅੰਦਰ ਖੜਨਾ ਪੈ ਰਿਹਾ ਸੋ ਕਾਫੀ ਟਾਈਮ ਲੱਗ ਰਿਹਾ ਕਹਿੰਦੇ ਅੰਦਰ ਕਰੇਨ ਦੇ ਉੱਤੇ ਰੱਖ ਕੇ ਅਤੇ ਫਿਰ ਟ੍ਰੇਲਰ ਸੋ ਇਹਨਾਂ ਦੇ ਆ ਵੇਅਰ ਹਾਊਸ ਦੇ ਅੰਦਰ ਜਾਂ ਦੂਜੀ ਸਾਈਡ 'ਤੇ ਬੈਕ ਕਰਨਾ ਪੈਣਾ ਟ੍ਰੇਲਰ ਹੋਣਾ ਜਿੰਨੇ ਵੀ ਮੁੰਡੇ ਜਿੰਮ ਜਾਂਦੇ ਹੁੰਦੇ ਸਾਰੇ ਕਹਿੰਦੇ ਹੁੰਦੇ ਚਿਕਨ ਹਾਂ ਜੂੜੀ ਆ ਪ੍ਰੋਟੀਨ ਚਾਹੀਦਾ ਪ੍ਰੋਟੀਨ ਚਾਹੀਦਾ ਮੈਂ ਡੇਢ ਖਾਣ ਲੱਗ ਪਿਆ ਬੈਠੀ ਮੈਨੂੰ ਘਰੇ ਲਾਇਆ ਨਹੀਂ ਗੱਡੀ 'ਚ ਬੈਠੀ ਅੱਗੇ ਬੈਠੀ ਪਿੱਛੇ ਬੈਠੀ ਪਿੱਛੇ ਮੈਂ ਤੈਨੂੰ ਕਿਹਾ ਨੀ ਮੈਂ ਅੱਗੇ ਕਦੋਂ ਬੈਠਾ ਪੂਰਾ ਟਾਈਮ ਅੱਗੇ ਬੈਠਾ ਮੈਂ ਅੱਗੇ ਬੈਠਾ ਗੱਡੀ ਤੂੰ ਚਲਾਉਂਦਿਆ
ਪਰਮਿੰਦਰ ਨੂੰ ਉਤਰ ਕੇ ਬਿਠਾਇਆ ਉਹਨੂੰ ਕਹਿੰਦਾ ਹੂੰ ਕਹਿੰਦਾ ਕੀ ਆ ਦਿਸ ਗਾਇਜ਼ ਮੁਕਲਿੰਗ ਕਹਿੰਦਾ ਦਿਸ ਗਾਇਜ਼ ਮੁਕਲਿੰਗ ਦਿਸ ਗਾਇਜ਼ ਲਾਈਂਗ ਟੂ ਹਿਸ ਗਰਲਫ੍ਰੈਂਡ ਮੈਨ ਦਿਸ ਗਾਇ ਰਾਈਟ ਹੇਅਰ ਮੈਂ ਲੋੜ ਨਹੀਂ ਤੇਰਾ ਤੁੱਸਾ ਉਹ ਬੱਚ ਗਏ ਨਹੀਂ ਮੈਂ ਲੋਇਲ ਨੂੰ ਦੇਣਾ ਅੱਜ ਜੋੜ ਮੁੰਡੇ ਨੇ ਜੋ ਤੇਰੇ ਬੰਦੇ ਬੜੇ ਮੁੱਕਦੇ ਹੀ ਹੋਏ ਲੋਇਲ ਬੰਦੇ ਤੇ ਚੰਗਾ ਲੱਗਦੀ ਨਹੀਂ ਮਾਰ ਤੂੰ ਹੁਣ ਮਾਰ ਨਹੀਂ ਮਿਲਦਾ ਨਾ ਲੋੜ ਲੈਣ ਕੋਈ ਰੱਬ ਡਾਇਰੈਕਟਰ ਵੀ ਆ ਨਾ ਰੱਬ ਡਾਇਰੈਕਟਰ ਵੀ ਆ ਕਿੰਨੇ ਨਹੀਂ ਬਣੀ ਡਾਇਰੈਕਟਰ ਕੌਣ ਹੁੰਦੇ ਭਲਾ ਡਾਇਰੈਕਟਰ ਕੌਣ ਹੁੰਦੇ ਭਲਾ ਰਾਹ ਵੀ ਨਾ ਬੈਠੇ ਬੈਠੇ ਫਿਲਮ ਇਹਨੇ ਇਹਨੇ ਜੱਫੀ ਪਾਈ ਰਾਤੀ ਉੱਠ ਕੇ ਨੀਂਦ ਚ ਓਪਾ ਕਿੱਥੇ ਗਈ ਇੱਧਰ ਯਾਰ ਮੇਰੇ ਮਿਲਾ ਰਹੇ ਰੱਖ ਮੰਨਦਾ ਫਿਰ ਭਰਾ ਦੀ ਡਰਾਈਵਰੀ ਓਕੇ ਸਵਾਲ ਲੱਗੀ ਆ ਉੱਪਰ ਕਰੇਨ ਜਿਹੜੀ ਵਰਤ ਕੇ ਅਤੇ ਹੁਣ ਇਹਦੇ ਨਾਲ ਰੱਖ ਸਕਦੇ ਇਹਨੂੰ ਸਟੀਲ ਦੀਆਂ ਬੀਮਾਂ ਜੀਆਂ ਟਰੱਕ ਡਰਾਈਵ ਕਰਨਾ ਉੱਦਾਂ ਸੌਖਾ ਤਾਂ ਬਹੁਤ ਹੈ ਓਬੀਅਸਲੀ ਹੈ ਨਾ ਜਿੱਦਾਂ ਜਦੋਂ ਸਿੱਧੇ ਕਿਤੇ ਵੀ ਚੱਲਦੇ ਹਾਂ ਇੱਥੇ ਕਿਹੜਾ ਕਾਰ ਵਾਂਗੂ ਚੱਲੀ ਜਾਂਦਾ ਸਿੱਧੇ ਆਈਵੇ ਹੁੰਦੇ ਕੋਈ ਚੱਕਰ ਨਹੀਂ ਪਰ ਬਸ ਆ ਕਦੀ ਕਦੀ ਨਿੱਕੇ ਨਿੱਕੇ ਇਸ਼ੂ ਹੁੰਦੇ ਆ ਜਿਹਨਾਂ ਟਾਈਮ 'ਤੇ ਬੰਦੇ ਦਾ ਐਕਸਪੀਰੀਅੰਸ ਕੰਮ ਆਉਂਦਾ ਹੈ ਬੰਦੇ ਨੂੰ ਥੋੜ੍ਹਾ ਬਹੁਤਾ ਜਿਹਨੂੰ ਜਾਂਚ ਹੋਵੇ ਉਹਦਾ ਫਰਕ ਮੇਰੇ ਬਾਹਰ ਟਰੱਕ ਵਾਲਾ ਬਾਈ ਆ ਉਹ ਬੈਗ ਲਾ ਰਿਹਾ ਉੱਥੇ ਉਹ ਡੌਗ ਜੀ ਦੇ ਹੁਣ ਇੰਨਾ ਸਮਾਨ ਆਲੇ ਦੁਆਲੇ ਪਿਆ ਵਾ ਤਾਂ ਉਹਨੂੰ ਪਤਾ ਕਿ ਉੱਥੇ ਬੈਗ ਲੈਣਾ ਵੀ 53 ਫੁੱਟ ਆ ਉਹ ਨਿੱਕੀ ਜਿਹੀ ਡੌਗ ਦੇ ਵਿੱਚ ਬੈਗ ਕਰਨਾ ਉਹਨੇ ਜਿੱਦਾਂ ਹੁਣ ਮੈਂ ਵੀ ਸੀਗਾ ਆ ਟ੍ਰੇਲਰ ਆ ਨਿੱਕੀ ਜਗ੍ਹਾ ਦੇ ਵਿੱਚ ਬੈਗ ਕਰਦਾ ਬੰਦੇ ਥੋੜ੍ਹਾ ਜਿਹਾ ਅੱਗੇ ਧੱਕਣਾ ਪੈਣਾ ਲੋਡ ਨੂੰ ਬਾਹਰ ਨੂੰ ਨਿਕਲੀ ਜਾਂਦਾ ਸਾਜੀ ਲੱਕੜ ਤੱਕ ਦੇ ਬਸ ਠੀਕ ਹੈ ਆਪ ਪਹਿਲਾਂ ਰੋਲ ਤਾਂ ਕਰ ਲਾ ਕੈਮਰਾ ਵਿਖੜੇ ਤੈਨੂੰ ਹਾਏ ਆ ਹੁਣ ਤਾਂ ਨਹੀਂ ਜਾਂਦਾ ਕਿਤੇ ਕਿਉਂਕਿ ਆ ਵੱਧ ਤੋਂ ਵੱਧ ਕੀ ਹੋ ਸਕਦਾ ਹੁਣ
Just this one box? Yeah. One box. Okay, I'll bring it around right here so it's easier for you guys. ਇੱਥੋਂ ਦੀ ਪਿਕਅਪ ਹੈਗੀ ਸਿਰਫ ਇੱਕੋ ਹੀ ਡੱਬਾ ਇਹ ਆ ਟਰੱਕ ਲੈ ਕੇ ਲਾਇਆ ਹੁਣ ਬਸ ਯੂ ਟਰਨ ਮਾਰ ਕੇ ਉਹ ਪਰਲੀ ਸਾਈਡ 'ਤੇ ਲੱਗ ਕੇ ਜਾ ਕੇ ਚੱਕ ਲੈਣਾ ਲੋਡ ਇਹ ਲੋਡ ਚੱਕ ਕੇ ਲਾਸਟ ਪਿਕਅਪ ਸੈਕਿੰਡ ਪਿਕਅਪ ਤਾਂ ਲਾਸਟ ਪਿਕਅਪ ਉਸ ਤੋਂ ਬਾਅਦ ਕਰਦੇ ਹਾਂ ਸਫ਼ਰ ਵਾਪਸੀ ਦਾ ਜਾਰੀ ਇੱਕੋ ਡੱਬਾ ਆ ਬਸ ਬਸ ਕੰਟੇਨਰ ਆ ਕੰਟੇਨਰ ਕਿੰਨੀ ਡੱਬਾ ਆ ਅੰਦਰ ਗੰਦਾ Why is that? Not a separate? No separate? She says she wants it all together, so the load's not big. I mean, we're not taking anything else, so it doesn't matter to us. Okay, I'll tell her that. Yeah, but like, yeah. They're just taking this shit and that's yeah, it. Yeah, that's all you're taking the hint of? Yeah, right. For now, yeah. Yeah, all right, I'll go tell her that. Let's check the load. Oh! ਨਿਕ ਆ ਜਾਈਆ ਉਹਦਾ ਡੱਬਾ ਨਿਕਲ ਆਇਆ ਉਹਨਾਂ ਨੇ ਸਾਨੂੰ ਇੱਕੋ ਜਣਾ ਨੇ ਬੁੱਕ ਕੀਤਾ ਲੋਡ ਉਹ ਕਹਿ ਦਿੰਦੇ ਕਿ ਇੱਕੋ ਜਗ੍ਹਾ 'ਤੇ ਰੱਖਣਾ ਹੈ ਦੋਵੇਂ ਜਿੱਦਾਂ ਉਹ ਸਟੀਲ ਦੇ ਬਾਜ਼ੂ ਉਹਦੇ ਵਿੱਚ ਡੱਬਾ ਰੱਖਣਾ ਵਾ ਅਤੇ ਉਹਦੇ ਲਈ ਸਟੈਪਾਂ ਖੋਲਣੀਆਂ ਪੈਣੀਆਂ ਮੈਂ ਕਿਹਾ ਸਾਈਡ 'ਤੇ ਰੱਖ ਦਿਉ ਆਪਾਂ ਇੱਕੋ ਹੀ ਰੋਡ ਲੱਗ ਜਾਣਾ ਉਹਦਾ ਕੋਈ ਚੱਕਰ ਤਾਂ ਨਹੀਂ ਪੁੱਛਿਆ ਤੁਹਾਨੂੰ ਕਿ ਲੋਡ ਛੋਟਾ ਰਹੇ ਇਹ ਮੈਂ ਨਹੀਂ ਨਹੀਂ ਕੋਈ ਚੱਕਰ ਨਹੀਂ ਜਿੱਦਾਂ ਦਾ ਜਾ ਰਿਹਾ ਨਹੀਂ ਨਹੀਂ ਬਸ ਦੱਸ ਇੱਕੋ Probably push it in still, eh? Nahi, idda kari mirror wal chhod dete hain lid de. Sidhi hai mirror sidhi hai. ਜੰਗਾਲ ਲੱਗਿਆ ਹੋਇਆ ਕਿ ਮੂੰਹ ਭੈਣ ਦਾ ਤਾਂ ਪੁੱਛਣ ਦੇ ਪਹੁੰਚ ਗਿਆ ਹੋਪ ਡੀ ਸੀ ਅਤੇ ਇੱਥੇ ਬ੍ਰੇਕ ਲੈ ਰਹੇ ਥੋੜ੍ਹੀ ਜਿਹੀ ਬਸ ਉਹ ਯਾਰ ਮਹਾਂ ਤਾਂ ਪੈਰ ਫਸਾਏ ਆ ਚੁੱਕਣੇ ਕਿੱਦਾਂ ਜੇਕਰ ਮੈਂ ਆ ਦੇ ਜੇ ਮੈਂ ਘੜੀਸਦਾ ਉਹ ਰਿੰਦਾ ਜੇ ਮੈਂ ਚੁੱਕਦਾ ਆ ਉਹ ਡਿੱਗਣ ਨੂੰ ਫਿਰਦਾ ਆ ਨਹੀਂ ਡਿੱਗ ਦਿੰਦਾ ਰਹਿਣਾ ਕਰ ਨੰਗੇ ਪੈਰ ਹੀ ਆ ਜਾਂਦਾ ਇਸ ਤੋਂ ਚੰਗਾ ਤਾਂ ਨਹੀਂ ਸੁਣਦੇ ਸੀ ਕੈਮਰਾ ਚੰਗਾ ਚੇਤਾ ਕਰਾ ਤਾ ਮੈਨੂੰ ਵਲੌਗ ਪਾਉਣੀ ਭੁੱਲ ਜਾਣਾ ਹੱਲ ਗੱਲ ਲੈ ਲੈ ਮੂੰਹ ਦੇ ਨਾਲ ਦੇਖ ਲੈ ਹਾਈ ਗਾਇਸ ਇੱਕ ਵਾਰੀ ਫੇਰ ਕਹੀ ਹੁਣ ਕਹੀ ਗਈ ਯਾਰ ਹਾਈ ਗਾਇਸ ਯੋ ਸ਼ਬਾਜ਼ ਸ਼ਬਾਜ਼ ਤੋਂ ਪਹਿਲਾਂ ਕੀ ਕਿਹਾ ਇਹ ਦੱਸੀ ਹੇ ਗਾਇਸ ਨਹੀਂ ਉਸ ਤੋਂ ਬਾਅਦ ਕੀ ਕਿਹਾ ਹੇ ਗਾਇਸ ਸ਼ਬਾਜ਼ ਬਸ ਉਸਤਾਦ ਦੀ ਅੰਗਰੇਜ਼ੀ ਵਾਜ਼ੀ ਇੱਥੇ ਖਾ ਕੇ ਮਿੰਨਾ ਮਿੱਠਾ ਖਾਂਦਾ ਨਾ ਤੇ ਮਿੱਠਾ ਖਾਣਾ ਪਾ ਪਿਆ ਤੂੰ ਮਿੱਠਾ ਮੋਟੇ ਹੀ ਦੋ ਤੇ ਤਲੀਆਂ ਚੀਜ਼ਾਂ ਨਾਲ ਨਹੀਂ ਹੋਈਦਾ ਚਬੀ ਚਿਕਨ ਲੈ ਕਿਨੇ ਗਿਆ ਤੈਨੂੰ ਉਹ ਪਾਗਲ ਸਾਡਾ ਚਬੀ ਚਿਕਨ ਚੜਿਆ ਹੋਣਾ ਹੀ ਉਹਦੇ ਨਾਲ ਕੋਈ ਨਹੀਂ ਹੁੰਦਾ ਨਾ ਹਾਂਜੀ ਮੈਂ ਤੈਨੂੰ ਟੈਕਸ ਕਰਨ ਲੱਗਾ ਤੈਨੂੰ ਨਹੀਂ ਤੁਹਾਨੂੰ ਕਿਆ ਕਰੋ ਆ ਗਿਆ ਇਹ ਤਾਂ ਰਾਈਟ ਹੈ ਵਾਪਸ ਇੱਧਰੋਂ ਆਇਆ ਉੱਧਰ ਹੀ ਜਾਣਾ ਆ ਹਾ ਹਾਈਵੇ ਤੇ
Okay. Cool. Do you have a mask? ਸੋ ਹੁਣੇ ਹੁਣੇ ਦੂਜੀ ਆਪਣੀ ਕੋਵਿਡ ਸਕਰੀਨਿੰਗ ਕਰਕੇ ਹਟੇ ਆ ਇੱਕ ਮਾਸਕ ਦੇ ਦਿੱਤਾ ਮੈਨੂੰ ਚੈੱਕ ਕਰਦੇ ਕਰੋਨਾ ਕਰੋਨਾ ਤਾਂ ਨਹੀਂ ਹੈਗਾ ਨਾਲੇ ਸੇਫਟੀ ਓਰੀਐਂਟੇਸ਼ਨ ਕਰਕੇ ਹਟੇ ਆ ਤੋ ਉਹਦੀ ਆ ਹਾਰਡ ਹੈਡ 'ਤੇ ਚੈੱਕ ਮਾਰਕ ਦੇ ਦਿੱਤਾ ਹੁਣ ਜਾ ਸਕਦੇ ਹਾਂ ਬੰਦ ਮਾਸਕ ਲਾ ਹੀ ਸਕਦੇ ਨਹੀਂ ਯਾਰ ਖਿਲਰ ਗਿਆ ਲੋਡ ਫੇਰ ਆਪਣੇ ਵੱਲੋਂ ਬੜੇ ਸਾਂਭਦੇ ਆਏ ਸੀਗੇ ਚੈੱਕ ਵੀ ਕਰਦੇ ਆਏ ਸੀ ਪਰ ਫੇਰ ਖਿਲਰ ਗਿਆ ਥੋੜ੍ਹਾ ਜਿਹਾ ਸ਼ਿਫਟ ਹੋ ਗਿਆ ਅੱਛਾ ਸੋ ਆਹੋ ਹੀ ਸੀਗਾ ਲੋਡ ਆਪਣਾ ਸਟੀਲ ਦੇ ਬਾਰ ਜੇ ਕਰਾਏ ਇਹਦੇ ਉੱਪਰੋਂ ਡੇਗੇ ਹੇਠਾਂ ਇੱਥੋਂ ਅਤੇ ਬਾਕੀ ਸਾਰਾ ਸੈੱਟ ਆ ਫਿਰ ਵੀ ਪਹੁੰਚਾ ਤਾ ਇੱਕੋ ਪੀਸ ਦੇ ਵਿੱਚ ਪਹੁੰਚ ਗਿਆ ਵਾ ਚੱਕਰ ਨਹੀਂ ਫਿਗਰ ਆਊਟ ਕਰਨਾ ਪੈਣਾ ਲਾਉਣਾ ਕਿਵੇਂ ਕਿ ਉੱਥੇ ਉਹਨਾਂ ਕੋਲੋਂ ਕਰੀਨ ਹੈਗੀ ਸੀ ਰੱਖਣ ਨੂੰ ਇੱਥੇ ਪੰਜ ਫਿਗਰ ਲਾਉਣੀ ਹੁਣ ਆਹ ਲੋਹੇ ਦੀਆਂ ਤਾਰਾਂ ਜਿਹੀਆਂ ਪਾ ਦਿੱਤੀਆਂ ਲੋਡ ਨੂੰ ਫਿਰ ਲੋਹੇ ਦੀ ਤਾਰ ਨੂੰ ਉਹ ਖਿੱਚ ਲੈਣੀ ਬਣ ਗਈ ਗੱਲ ਲਾ ਲਿਆ ਗਿਆ ਲੋਡ ਲੱਗ ਗਿਆ ਲੋਡ ਆਪਣਾ ਆਪਣੇ ਬ੍ਰੈਂਡ ਨਿਊ ਮੈਨਕ ਦੇ ਟ੍ਰੇਲਰ ਦਾ ਪਹਿਲਾ ਲੋਡ ਸਫਲ ਰਿਹਾ ਬਹੁਤ ਵਧੀਆ ਹਿੰਟਨ ਆ ਇਸ ਵੇਲੇ ਹਿੰਟਨ ਤੋਂ 4 ਘੰਟੇ ਡਰਾਈਵ ਆ ਉੱਥੇ ਸ਼ਬਾਜ਼ ਸਿੰਘ ਜੀ ਸੁੱਤੇ ਪਏ ਨੇ ਉਹ ਡਰਾਈਵਰ ਸਾਹਿਬ ਉਹਨਾਂ ਨੂੰ ਉਠਾਉਣ ਦੀ ਲੋੜ ਨਹੀਂ ਹੈਗੀ ਲਓ ਜੀ ਕਰ ਦਿੱਤਾ ਸਾਈਨ ਆਊਟ ਕੰਮ ਆਪਣਾ ਡਨ ਇਸ ਮਿਲ ਦੇ ਵਿੱਚ ਕਰੀਏ ਡਰਾਈਵ ਸ਼ੁਰੂ ਆਪਸ ਐਡਮਿੰਟਨ ਦੀ ਘਰ ਪਹੁੰਚੀ ਹੈ 3 ਦਿਨ ਹੋ ਗਿਆ ਬਾਹਰ